ਹਾਂਜੀ ਵੀਰੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਮਾਈ ਰਾਈਡ ਧੂਰੀ YouTube ਚੈਨਲ ਦੇ ਉੱਪਰ ਅੱਜ ਇੱਕ ਵਾਰ ਫੇਰ ਆਪਾਂ ਪਹੁੰਚੇ ਆਂਗੇ ਜੀ ਤੁਹਾਡੇ ਲਈ ਇੱਕ ਨਵੀਂ ਕਾਰ ਲੈ ਕੇ ਬੜੀ ਸੋਹਣੀ ਕਾਰ ਆ ਬੜੀ ਘੈਂਟ ਕਾਰ ਆ ਤੇ ਬਜਟ ਦੇ ਰਹਿਣ ਵਾਲੀ ਕਾਰ ਆ ਬੜੀ ਵੱਡੀ ਕਾਰ ਜਿਹੜੀ ਅੱਜ ਅਪਾ ਦਿਖਾਵਾਂਗੇ ਠੀਕ ਹੈ ਜੀ ਉਸ ਤੋਂ ਪਹਿਲਾਂ ਆਪਣਾ ਕਰ ਲੇ ਚੈਨਲ ਸਬਸਕ੍ਰਾਈਬ ਘੰਟੀ ਵਾਲਾ ਬਟਨ ਦੱਬ ਲਿਓ ਤੇ ਸ਼ੇਅਰ ਕਰ ਦਿਓ ਆਪਣੀ Facebook ਤੇ ਉੱਪਰ ਤੇ YouTube ਵੀਡੀਓ ਠੀਕ ਹੈ ਜੀ ਸਾਰੀ ਹਾਂਜੀ ਵੀਰੇ ਜਿਹੜੇ ਮੇਰੇ ਵੀਰ ਨਾ ਇੰਟਰਸਟਡ ਹੁੰਦੇ ਨੇ ਕਾਰ ਦੇ ਵਿੱਚ ਉਹ ਵਟਸਐਪ ਤੇ ਉੱਪਰ ਮੈਸੇਜ ਕਰ ਲਿਆ ਕਰੋ ਵਟਸਐਪ ਦੇ ਉੱਪਰ ਜਿਆਦਾ ਰਿਪਲਾਈ ਆ ਜਾਂਦਾ ਹੁੰਦਾ ਜੀ ਠੀਕ ਆ ਜੀ ਕਈ ਵਾਰ ਫੋਨ ਨਹੀਂ ਪਿਕ ਹੁੰਦਾ ਤਾਂ ਕਿ ਥੋੜਾ ਔਖਾ ਹੋ ਜਾਂਦਾ ਠੀਕ ਹੈ ਵੀਰੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਾਂ ਹੁਣ ਤੁਹਾਨੂੰ ਦਿਖਾਵਾਂਗੇ ਬਲੈਰੋ ਆਪਣੇ ਲੱਭੀ ਗਈ 2013 ਮਾਡਲ ਦੇਖੋ ਹੈਗਨ ਆਨਰ ਦੇ ਵਿੱਚ ਕਾਰ ਆ ਗਈ ਬੜੀ ਸੋਹਣੀ ਕਾਰ ਆ ਠੀਕ ਹੈ ਵੀਰੇ ਆਪਾਂ ਆਲੇ ਦਾਲ ਦਿਖਾ ਰਾਂਗੇ ਸਵਾ 2500 ਸੀਸੀ ਇੰਜਨ ਆ 2523 ਸੀਸੀ ਇੰਜਨ ਆ ਆਪਾਂ ਫਰੰਟ ਦੇਖ ਰਾਂ ਕਾਰ ਦਾ ਕੀ ਘਾਟਾਂ ਨੇ ਕੀ ਬਾਧਾਂ ਨੇ ਉਹ ਸਾਨੂੰ ਸਾਰਾ ਕੁਝ ਦੱਸਾਂਗੇ ਠੀਕ ਹੈ ਜੀ ਬਣੇ ਰਹੋ ਆਪਣੀ ਵੀਡੀਓ ਦੇ ਵਿੱਚ ਚਲੋ ਆਜੋ ਦੇਖਦੇ ਆਂਗੇ ਆਪਾਂ ਦੇਖੋ ਆਪਾਂ ਫਰੰਟ ਦੇ ਉੱਪਰ ਲਾਈਟਾਂ ਦੇਖ ਰਾਂ ਬੜੀਆਂ ਘੈਂਟ ਲਾਈਟਾਂ ਨੇ ਤੇ ਸਾਈਡ ਪੱਟੀ ਹੋ ਗਈ ਸਾਰਾ ਕੁਝ ਆਉਣਾ ਪੂਰਾ ਘੈਂਟ ਹੈਗਾ ਕੋਈ ਐ ਨਹੀਂਗਾ ਠੀਕ ਹੈ ਜੀ ਸਕ੍ਰੈਚ ਲੈਸ ਕੰਡੀਸ਼ਨ ਦੀ ਕਾਰ ਆ ਗਈ ਹੁਣ ਇਸ ਟਾਈਮ ਆਪਣੇ ਲਵੇ ਟਾਇਰਾਂ ਦੀ ਆਪਾਂ ਗੱਲ ਕਰਦੇ ਆਂ ਟਾਇਰ ਥੋੜ ਅ ਲਗਭਗ 30 ਪਹਿ ਟਾਇਰ ਨੇ ਆਪਣੇ ਲਵੇ ਜਿਹੜੇ ਹੋਣਗੇ ਬਾਕੀ ਹੋਰ ਜਿਵੇਂ ਮੈਂ ਸ਼ੀਸ਼ਾ ਦੇਖ ਰਿਹਾ ਵੱਡਾ ਘੈਂਟਾ ਪੂਰਾ ਠੀਕ ਹੈ ਜੀ ਬਲੈਰੋ ਦਾ ਪੂਰਾ ਘੈਂਟਾ ਹੈ ਵੀ ਕੋਈ ਦਿੱਕਤ ਨਹੀਂ ਹੈਗੀ ਆਪਾਂ ਟਾਕੀਆਂ ਦੇਖ ਰਿਹਾ ਗੁਰਪ੍ਰੀਤ ਵੀਰੇ ਨੂੰ ਥੋੜਾ ਪਿੱਛੇ ਉਹ ਦਿਖਾ ਦਊਗਾ ਟਾਕੀਆਂ ਟੋਕੀਆਂ ਸਾਰੀਆਂ ਇਹ 2Z ਕਲੀਨ ਨੇ ਕਿਸੇ ਪਾਸੋਂ ਕੋਈ ਦਿੱਕਤ ਨਹੀਂ ਹੈਗੀ ਇਹਦੇ ਵਿੱਚ ਹੁਣ ਇਸ ਟਾਈਮ ਠੀਕ ਹੈ ਜੀ ਆਪਣਾ ਫੁੱਟ ਰੈਸਟ ਆ ਗਿਆ ਆਪਣਾ ਇਹ ਜਦੋਂ ਪਰ ਆਪਾਂ ਰੱਖ ਕੇ ਆਪਣਾ ਚੜ ਸਕਦੇ ਆਪਾਂ ਕਾਰ ਦੇ ਵਿੱਚ ਤੇ ਆਪਾਂ ਹੁਣ ਆਨੀਏ ਪਿੱਛੇ ਪਿੱਛੋਂ ਵੀ ਬੜੀ ਘੈਂਟ ਹੈਗੀ ਦੇਖ ਰਹੇ ਹੋ ਪਿੱਛੋ ਦੇਖ ਰਹੇ ਹਾਂ ਆਪਾਂ ਠੀਕ ਹੈ ਜੀ ਇਹਦੇ ਵਿੱਚ ਜਿਹੜੀ ਅਲਵਾਏ ਵੀਲ ਦੇ ਵਿੱਚ ਆਪਣਾ ਇਹ ਟਾਇਰ ਪਾਇਆ ਹੈ ਇਹਦਾ ਟਾਇਰ ਦੀ ਕੰਡੀਸ਼ਨ ਲਗਭਗ ਹੈਗੀ 60% ਮਤਲਬ ਵੀ ਜਿਹੜੀ ਸਟਿੱਪਣੀ ਦੀ ਆਪਾਂ ਗੱਲ ਕਰਦੇ ਆਂਗੇ ਪੀਵੀ 10 ਈਐਲ 90 13 ਅੰਕਾਰ ਦਾ ਨੰਬਰ ਹੈਗਾ ਠੀਕ ਹੈ ਜੀ ਪੰਜਾਬ ਦੇ ਜਿਹੜੇ ਆਪਾਂ ਕਹਿੰਦੇ ਨੇ ਵੀਰੇ ਵੀ ਪੰਜਾਬ ਦਾ ਨੰਬਰ ਹੀ ਚਾਹੀਦਾ ਤੇ ਇਹ ਪੰਜਾਬ ਨੰਬਰ ਕਾਰ ਹੈਗੀ ਮਤਲਬ ਵਧੀਆ ਹੈਗੀ ਬਜਟ ਦੇ ਵਿੱਚ ਰਹਿਣ ਵਾਲੀ ਆਪਾਂ ਸਾਰੀ ਤੁਹਾਨੂੰ ਦੱਸਾਂਗੇ ਬਲੈਰੋ ਐਸਐਲਐਕਸ ਜਿਹੜਾ ਮਾਡਲ ਹੈਗਾ ਇਹਦੇ ਲਈ ਸਾਈਡ ਆਪਾਂ ਦੇਖ ਰਹੇ ਹਾਂ ਇਹਦੇ ਲਈ ਸਾਈਡ ਵੀ ਪੂਰੀ ਘੈਂਟ ਆਗੀ ਨੀਟ ਐਂਡ ਕਲੀਨ ਤੇ ਇੱਕ ਸਾਈਡ ਜੇ ਆਪਾਂ ਗੱਲ ਕਰੀ ਵੀ ਇੱਕ ਸਾਈਡ ਟੱਚ ਹੋਈ ਹੋਈ ਹੈ ਕਾਰ ਠੀਕ ਹੈ ਜੀ ਆਪਾਂ ਪਹਿਲਾਂ ਗੱਲ ਕਰ ਰਹੇ ਆਂ ਕਿ ਕਿਤੇ ਬਾਅਦ ਚੋਂ ਗੱਲ ਕਰ ਰਹੇ ਆਂ ਕਿ ਵੀ ਬਾਅਦ ਚੋਂ ਗੱਲ ਕਰਾਂਗੇ ਇੱਕ ਸਾਈਡ ਥੋੜੀ ਟੱਚ ਹੋਈ ਹੋਈ ਹੈਗੀ ਉਹ ਆਪਣਾ ਮੈਨੇਜ ਕਰ ਲਿਓ ਕਿਉਂਕਿ ਆਪਣਾ ਦੇਖ ਕੇ ਮਕੈਨਿਕ ਨਾਲ ਦਾ ਚੈੱਕ ਵਗੈਰਾ ਕਰਕੇ ਤੁਸੀਂ ਕਾਰ ਲੈ ਕੇ ਜਾ ਸਕਦੇ ਹੋਗੇ ਹੁਣ ਇੰਜਨ ਤੁਹਾਨੂੰ ਦਿਖਾਵਾਂਗੇ ਆਪਾਂ ਦੇਖੋ ਜੀ ਇੰਜਨ ਪੂਰਾ ਘੈਂਟ ਹੈਗਾ ਪੂਰੀ ਸੋਲਿਡ ਬੋਡੀ ਦੀ ਕਾਰ ਹੈਗੀ ਆਪਣੀ ਇਹ ਦੇਖੋ ਜੀ ਠੀਕ ਹੈ ਜੀ ਪੂਰਾ ਘੈਂਟ ਆ ਬ੍ਰੇਕ ਰੇਸ ਪੂਰਾ ਸਾਰਾ ਕੁਝ A to Z ਸੈਲਫ ਸਲਫ ਸਾਰਾ ਕੁਝ ਪੂਰਾ ਘੈਂਟ ਕੰਮ ਕੰਮ ਪੂਰਾ ਨਿਆਰੇ ਧਾਰ ਕੰਮ ਇਹਦਾ ਹੁਣ ਇਸ ਟਾਈਮ ਦੇਖੋ ਜੀ ਪੂਰਾ ਹੈਵੀ ਬੋਨਟ ਹੈਗਾ ਮਹਿੰਦਰਾ ਦਾ ਜਿਹੜਾ ਲੋਹਾ ਪੂਰਾ ਜ਼ਬਰਦਸਤ ਹੈਗਾ ਮਤਲਬ ਵੀ ਪੂਰੀ ਜਾਣ ਲੋਣੀ ਪੈਂਦੀ ਹੈਗੀ ਉਹਨੂੰ ਚੱਕਣ ਲੱਗੇ ਠੀਕ ਹੈ ਵੀਰੇ ਹੁਣ ਆਪਾਂ ਦੇਖ ਲਾਂਗੇ ਗੁਰਪ੍ਰੀਤ ਵੀਰ ਨੂੰ ਕਹਾਂਗਾ ਅੰਦਰ ਆ ਜਾ ਆਜੋ ਦੇਖੋ ਜੀ ਅੰਦਰੋਂ ਵੀ ਕੰਡੀਸ਼ਨ ਪੂਰੀ ਨੀਟ ਐਂਡ ਕਲੀਨ ਹੈਗੀ ਇੱਕ ਵਾਰ ਇੱਥੋਂ ਦਿਖਾ ਦੂੰਗਾ ਆ ਦੇਖੋ ਜੀ ਠੀਕ ਹੈ ਜੀ ਇਹ ਪਿੱਲਰ ਤੋਂ ਇਹਦਾ ਕੰਮ ਹੋਇਆ ਹੋਇਆ ਹੈ ਕਾਰ ਦਾ ਇੱਕ ਸਾਈਡ ਤੋਂ ਤੇ ਹੁਣ ਆਪਾਂ ਕਹਿ ਰਹੇ ਹਾਂ ਅੰਦਰੋਂ ਦੇਖ ਵੀਰੇ ਠੀਕ ਹੈ ਜੀ ਇਹਦਾ ਮੀਟਰ ਹੈ ਜਿਹੜਾ ਕਾਰ ਦਾ ਉਹ ਡਿਜੀਟਲ ਹੈਗਾ ਆਪਾਂ ਦੇਖ ਰਹਾਂਗੇ ਜਿਹੜੀ 80 ਕੁ ਹਜ਼ਾਰ ਕਾਰ ਚੱਲੀ ਹੈ ਲਗਭਗ ਠੀਕ ਹੈ ਜੀ ਆਪਣਾ ਇੰਟੀਰੀਅਰ ਵਗੈਰਾ ਪੂਰਾ ਨੀਟ ਐਂਡ ਕਲੀਨਾਂਗੇ ਉੱਪਰੋਂ ਛੱਤ ਕਹਾਂਗਾ ਗੁਰਪ੍ਰੀਤ ਵੀਰੇ ਛੱਤ ਦਿਖਾਊਗਾ ਛੱਤ ਪੂਰੀ ਘੈਂਟ ਆ ਗਈ ਕਿਸੇ ਪਾਸੋਂ ਕੋਈ ਹੋਰ ਦਿੱਕਤ ਨਹੀਂ ਹੈਗੀ ਕਿਸੇ ਪਾਸੋਂ ਕੋਈ ਕਮੀ ਨਹੀਂ ਕਾਰ ਦੇ ਵਿੱਚ ਪੂਰੀ ਪਿਕਅਪ ਆ ਗਈ ਸਾਰਾ ਕੁਝ A to Z ਨੀਟ ਐਂਡ ਕਲੀਨਾਂਗਾ ਕਾਰ ਦੇ ਵਿੱਚ ਤੇ ਪਿਛਲੀਆਂ ਸੀਟਾਂ ਦੀ ਆਪਾਂ ਗੱਲ ਕਰਦੇ ਆਂਗੇ ਜਿਵੇਂ ਪਿਛਲੀਆਂ ਸੀਟਾਂ ਹੀ ਪੂਰੀਆਂ ਕੈਨ ਨੇ ਖੁੱਲੀ ਡੁੱਲੀ ਹੈਗੀ ਪਾਵਰ ਵਿੰਡੋ ਨੇ ਆਪਣੀ ਚਾਰੇ ਇਹ ਠੀਕ ਹੈ ਜੀ ਪਾਵਰ ਵਿੰਡੋ ਆਪਣੀ ਇਹਦੇ ਹੋਰ ਪਾਸੇ ਹੁੰਦੀਆਂ ਨੇ ਵਿਚਕਾਰ ਦੇ ਉਹ ਵੀ ਤੁਹਾਨੂੰ ਦਿਖਾ ਦਿੰਦੇ ਆਂਗੇ ਤੇ ਸੈਵਨ ਸੀਟਰ ਪ੍ਰੋਪਰ ਕਾਰ ਹੈਗੀ ਠੀਕ ਹੈ ਜੀ ਏਸੀ ਹੀਟਰ ਸਾਰਾ ਕੁਝ ਪੂਰਾ ਕੰਡ ਚੱਲਦਾ ਹੋਣਾ ਅਸੀਂ ਚਲਾ ਕੇ ਦੇਖ ਲੈ ਗੱਡੀ ਚਲਾ ਕੇ ਲੈ ਕੇ ਆਂਗੇ ਠੀਕ ਹੈ ਜੀ ਆਹ ਦੇਖੋ ਆਪਾਂ ਤੁਹਾਨੂੰ ਦਿਖਾਣਾਂਗੇ ਚਾਰੇ ਪਾਵਰ ਵਿੰਡੋ ਉੱਥੇ ਨੇ ਹੈਂਡ ਬ੍ਰੇਕ ਲਵੇ ਹੁੰਦੀਆਂ ਨੇ ਇਹਦੇ ਇਹਦੇ ਕਈ ਵਾਰ ਮਾਈਂਡ 'ਚ ਡਾਊਟ ਰਹ ਜਾਂਦਾ ਵੀ ਇਹਦੇ ਪਾਵਰ ਬੈਂਡ ਨਹੀਂ ਹੈਗੀ। ਠੀਕ ਹੈ ਵੀਰੇ ਸਾਰੀ ਡਿਟੇਲ ਪੂਰੀ ਘੈਂਟ ਆ ਗਈ ਕਾਰ ਦੀ ਆਓ ਚਲਾਓ ਤੇ ਟੈਸਟ ਡਰਾਈਵ ਲੈ ਕੇ ਤੁਸੀਂ ਕਾਰ ਲੈ ਕੇ ਜਾ ਸਕਦੇ ਆਪਣਾ ਮਕੈਨਿਕ ਵਗੈਰਾ ਚੈੱਕ ਕਰਾਉਣੇ ਚੈੱਕ ਕਰਾ ਕੇ ਠੀਕ ਹੈ ਸਾਰਾ ਕੁਝ ਜੇ ਕਿਸੇ ਨੂੰ ਲੋਨ ਕਰਾਣਾ ਲੋਨ ਕਰਾ ਲਿਓ ਪੂਰੀ ਘੈਂਟ ਕਾਰ ਆ ਗਈ ਸਾਰੇ ਪਾਸੋਂ ਮਤਲਬ ਵੀ ਚਲਾਈ ਪੱਖੋਂ ਘੈਂਟ ਆ ਗਈ ਹੁਣ ਤੱਕ ਤੇ ਜਿਹੜਾ ਇਹਦਾ ਕਾਰ ਦਾ ਰੇਟ ਆ ਠੀਕ ਹੈ ਜੀ 3.5 ਲੱਖ ਰੁਪਇਆ ਕਾਰ ਦਾ ਰੇਟ ਆ 2013 ਮਾਡਲ ਐਸਐਲਐਕਸ ਕਾਰ ਆ ਗਈ ਸੈਕੰਡ ਓਨਰ ਦੇ ਵਿੱਚ ਲੋਨ ਮਾੜਾ ਮੋਟਾ ਜਿਹੜਾ ਕਰਾਉਣ ਵਾਲਾ ਬੰਦੇ ਨਾਮ ਦਾ ਕਰਾ ਕੇ ਲੈ ਕੇ ਜਾ ਸਕਦਾ ਕਿਉਂਕਿ 13 ਮਾਡਲ ਮਹਿੰਦਰਾ ਥੋੜਾ ਜਿਹਾ ਘੱਟ ਹੁੰਦਾ ਲੋਨ ਠੀਕ ਹੈ ਵੀਰੇ 13 ਮਾਡਲ ਕਾਰ ਆ ਬਲੈਰੋ ਆ ਗਈ ਪੂਰਾ ਚਿੱਕੇ ਬੰਦ ਕਾਰ ਆ ਇਸ ਟਾਈਮ ਹੁਣ ਕੰਚ ਵਰਗੀ ਕਾਰ ਆ ਗਈ ਜਿਹੜੀ ਹੁਣ ਇਸ ਟਾਈਮ ਆ ਗਈ ਔਰ ਬਾਕੀ ਜਿਹਨੇ ਲੈਣੀ ਆ ਗਈ ਠੀਕ ਹੈ ਕਾਰ ਇਹ ਸਕਰੀਨ ਦੇ ਉੱਪਰ ਨੰਬਰ ਬਤਾਲ ਲੈ 98141 98325 ਬਾਕੀ ਸਕਰੀਨ ਦੇ ਉੱਪਰ ਨੇ ਨੰਬਰ ਸਾਰੇ ਔਰ ਤੂਰੀ ਸ਼ਹਿਰ TVS ਏਜੰਸੀ ਦੇ ਸਾਹਮਣੇ ਇਹ ਕਾਰ ਖੜੀ ਹੈਗੀ ਉੱਥੇ ਪਰਚੇਜ਼ ਤੁਸੀਂ ਕਰ ਸਕਦੇ ਹੋ ਕਾਰ ਪੂਰੀ ਘੈਂਟ ਕਾਰ ਆ ਗਈ ਠੀਕ ਆਪਣੇ ਚੈਨਲ ਨਾਲ ਬਨੇ ਰਿਹਾ ਕਰੋ ਸਬਸਕ੍ਰਾਈਬ ਕਰ ਦਿਆ ਕਰੋ ਘੰਟੀ ਵਾਲਾ ਬਟਨ ਦਬਾ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਸਾਰੇ ਪਾਸੋਂ ਘੈਂਟ ਆ ਵੀਰੇ ਘਾਲ ਠੀਕ ਹੈ ਵੀਰੇ ਮਿਲਦੇ ਆ ਅਗਲੀ ਵੀਡੀਓ ਚ ਜੇ ਕਿਸੇ ਨੇ ਐਡ ਕਰਾਉਣੀ ਬਸ ਸਾਡਾ ਨੰਬਰ ਸਟਾਰਟਿੰਗ ਤੇ ਆਇਆ ਸੀਗਾ ਉਹਦੇ ਉੱਪਰ ਕਾਲ ਕਰਕੇ ਤੁਸੀਂ ਸਾਡੇ ਤੋਂ ਐਡ ਕਰਾ ਸਕਦੇ ਹੋ ਬਾਏ ਬਾਏ